ਪੈਰਿਸ ਦੇ ਵਿੱਚ ਹੋਣ ਜਾ ਰਹੀਆਂ ਓਲੰਪਿਕ ਖੇਡਾਂ ਦੇ ਵਿੱਚ ਜਿਨ੍ਹਾਂ ਕੁਝ ਇੱਕ ਭਾਰਤੀ ਖਿਡਾਰੀਆਂ ਦੇ ਉੱਤੇ ਨਜ਼ਰਾਂ ਟਿਕੀਆਂ ਰਹਿਣਗੀਆਂ, ਉਹਨਾਂ ਦੇ ਵਿੱਚੋਂ ਇੱਕ ਨੇ ਭਾਰਤੀ ਹਾਕੀ ਟੀਮ ਦੇ ਗੋਲਕੀਪਰ PR ਸ਼੍ਰੀਜੇਸ਼। PR ਸ਼੍ਰੀਜੇਸ਼ ਬਿਹਤਰੀਨ ਖਿਡਾਰੀ ਹੈ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਚੰਗਾ ਇਨਸਾਨ ਹੈ। ਅਤੇ ਇਸ ਵਾਰ ਪੈਰਿਸ ਦੇ ਵਿੱਚ PR ਸ਼੍ਰੀਜੇਸ਼ ਦੇ ਉੱਤੇ ਨਜ਼ਰਾਂ ਇਸ ਕਰਕੇ ਵੀ ਟਿਕੀਆਂ ਰਹਿਣਗੀਆਂ ਕਿਉਂਕਿ ਉਹਨੇ ਐਲਾਨ ਕਰ ਦਿੱਤਾ ਕਿ ਉਹ ਓਲੰਪਿਕ ਖੇਡਾਂ ਤੋਂ ਬਾਅਦ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲਏਗਾ। ਕੌਣ ਹੈ PR ਸ਼੍ਰੀਜੇਸ਼, ਸਾਡੇ ਤੁਹਾਡੇ ਨਾਲ ਉਹਦਾ ਕੀ ਸੰਬੰਧ ਹੈ? ਜੇ ਕਿਸੇ ਖਿਡਾਰੀ ਨੂੰ ਦੋ ਵਾਰ ਦੁਨੀਆ ਦਾ ਸਭ ਤੋਂ ਬਿਹਤਰੀਨ ਹਾਕੀ ਦਾ ਗੋਲਕੀਪਰ ਚੁਣਿਆ ਗਿਆ ਤਾਂ ਉਹ ਸ਼੍ਰੀਜੇਸ਼ ਨੂੰ ਚੁਣਿਆ ਗਿਆ। ਇਹ ਭਾਰਤੀ ਹਾਕੀ ਦੇ ਲਈ ਮੌਜੂਦਾ ਸਮੇਂ ਦੇ ਵਿੱਚ ਵਰਤਮਾਨ ਦੇ ਵਿੱਚ ਇੱਕ ਬਹੁਤ ਮਾਣ ਵਾਲੀ ਗੱਲ ਹੈ। ਸ਼੍ਰੀਜੇਸ਼ ਨੇ 18 ਸਾਲ ਪਹਿਲਾਂ 2006 ਦੇ ਵਿੱਚ ਹਾਕੀ ਦਾ ਆਪਣਾ ਅੰਤਰਰਾਸ਼ਟਰੀ ਕਰੀਅਰ ਸ਼ੁਰੂ ਕੀਤਾ, ਭਾਰਤੀ ਟੀਮ ਦਾ ਹਿੱਸਾ ਬਣਿਆ ਅਤੇ ਉਹਦੇ ਤੋਂ ਬਾਅਦ ਇੱਕ ਦੋ ਛੋਟੇ ਛੋਟੇ ਮੌਕਿਆਂ ਨੂੰ ਛੱਡ ਕੇ ਉਹ ਲਗਾਤਾਰ ਭਾਰਤੀ ਹਾਕੀ ਟੀਮ ਦਾ ਹਿੱਸਾ ਬਣਿਆ ਰਿਹਾ। ਅਤੇ ਹੁਣ ਜਦੋਂ ਪੈਰਿਸ ਦੀਆਂ ਓਲੰਪਿਕ ਖੇਡਾਂ ਸ਼ੁਰੂ ਹੋਣ ਵਾਲੀਆਂ, ਉਹਦੇ ਤੋਂ ਠੀਕ ਪਹਿਲਾਂ ਜਦੋਂ ਸ਼੍ਰੀਜੇਸ਼ ਨੇ ਇਹ ਗੱਲ ਆਖੀ ਕਿ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਹਾਕੀ ਦੇ ਪ੍ਰੇਮੀਆਂ ਨੇ, ਮੇਰੇ ਸਾਥੀ ਖਿਡਾਰੀਆਂ ਨੇ ਅਤੇ ਇਹਦੇ ਤੋਂ ਇਲਾਵਾ ਜਿਹੜੀ ਮੈਨੇਜਮੈਂਟ ਹੈ ਟੀਮ ਦੀ, ਉਹਨਾਂ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਅਤੇ ਮੈਂ ਹੁਣ ਮਾਣ ਮੱਤੇ ਢੰਗ ਦੇ ਨਾਲ ਅੰਤਰਰਾਸ਼ਟਰੀ ਹਾਕੀ ਦਾ ਕਰੀਅਰ ਆਪਣਾ ਉਹ ਖਤਮ ਕਰਨ ਦੇ ਲਈ ਸੰਨਿਆਸ ਲੈਣ ਜਾ ਰਿਹਾ। ਬਹੁਤ ਚੋਣਵੇਂ ਖਿਡਾਰੀ ਹੁੰਦੇ ਨੇ ਜਿਨ੍ਹਾਂ ਨੂੰ 4-4 ਓਲੰਪਿਕ ਖੇਡਾਂ ਖੇਡਣ ਦਾ ਮੌਕਾ ਮਿਲਦਾ ਹੈ। 328 ਹੁਣ ਤੱਕ ਅੰਤਰਰਾਸ਼ਟਰੀ ਹਾਕੀ ਦੇ ਮੈਚ ਸਾਡਾ ਇਹ ਭਾਰਤੀ ਹਾਕੀ ਟੀਮ ਦਾ ਗੋਲਕੀਪਰ ਸ਼੍ਰੀਜੇਸ਼ ਖੇਡ ਚੁੱਕਿਆ, 4 ਓਲੰਪਿਕ ਖੇਡਾਂ ਦੇ ਵਿੱਚ ਹਿੱਸਾ ਲੈ ਚੁੱਕਿਆ ਅਤੇ ਆ ਚੌਥੀ ਓਲੰਪਿਕ ਪੈਰਿਸ ਵਾਲੀ ਹੋਏਗੀ। ਅਤੇ ਸਭ ਤੋਂ ਅਹਿਮ ਗੱਲ ਕਿ ਪਿਛਲੇ ਕਈ ਦਹਾਕਿਆਂ ਤੋਂ ਜਦੋਂ ਭਾਰਤੀ ਮਰਦਾਂ ਦੀ ਹਾਕੀ ਟੀਮ ਦਾ ਮੈਡਲ ਵਾਲਾ ਸੋਕਾ ਨਹੀਂ ਸੀ ਟੁੱਟਦਾ ਤਾਂ ਪਿਛਲੀ ਟੋਕੀਓ ਓਲੰਪਿਕ ਖੇਡਾਂ ਦੇ ਵਿੱਚ ਜਿਸ ਭਾਰਤੀ ਹਾਕੀ ਦੀ ਟੀਮ ਨੇ ਕੰਸੀ ਦਾ ਮੈਡਲ ਜਿੱਤਿਆ ਸੀ ਉਸ ਹਾਕੀ ਟੀਮ ਦਾ ਗੋਲਕੀਪਰ ਵੀ ਸ਼੍ਰੀਜੇਸ਼ ਸੀ। ਇਸ ਵਾਰ ਵੀ ਮਾਣ ਮੱਤੇ ਢੰਗ ਦੇ ਨਾਲ ਜਿੱਥੇ ਉਹ ਭਾਰਤੀ ਹਾਕੀ ਟੀਮ ਦੇ ਲਈ ਮਜ਼ਬੂਤ ਕੰਧ ਬਣ ਕੇ ਇੱਕ ਗੋਲਕੀਪਰ ਦੀ ਭੂਮਿਕਾ ਨਿਭਾਏਗਾ, ਅਤੇ ਮੈਂ ਚੇਤਾ ਕਰਾਉਂਦਾ ਜਾਵਾਂ ਕਿ ਸਾਡਾ ਤੁਹਾਡਾ ਆਪਣਾ ਸ਼੍ਰੀਜੇਸ਼ ਸਾਡੇ ਤੁਹਾਡੇ ਸਾਰਿਆਂ ਦੇ ਲਈ ਇੱਕ ਬਲਬ ਦੇ ਵਾਂਗੂ, ਇੱਕ ਸੂਰਜ ਦੇ ਵਾਂਗੂ ਜਗਦਾ ਰਹੇਗਾ, ਰੌਸ਼ਨੀ ਦਿੰਦਾ ਰਹੇਗਾ, ਉਹਦਾ ਕਾਰਨ ਹੈ। ਬਹੁਤ ਸਾਰੇ ਲੋਕ, ਖਾਸ ਤੌਰ ਦੇ ਉੱਤੇ ਪੰਜਾਬੀ ਭਾਈਚਾਰਾ, ਸਾਡੇ ਵਿੱਚ ਇੱਕ ਬਹੁਤ ਵੱਡੀ ਭਾਵਨਾ ਹੁੰਦੀ ਹੈ, ਸਾਡੇ ਕੋਲ ਤਾਂ ਸਾਧਨ ਨਹੀਂ, ਸਾਡੇ ਕੋਲ ਤਾਂ ਪੈਸੇ ਨਹੀਂ, ਅਸੀਂ ਕੀ ਕਰ ਸਕਦੇ ਹਾਂ? ਜਿਹੜੇ ਇਹ ਲੋਕ ਦੁਨੀਆ ਭਰ ਦੇ ਵਿੱਚ ਛਾ ਜਾਂਦੇ ਨੇ, ਪ੍ਰਸਿੱਧ ਹੁੰਦੇ ਨੇ, ਉਹਨਾਂ ਦੇ ਕੋਲ ਖੌਰੇ ਕਿੰਨੇ ਕੁ ਸਾਧਨ ਹੋਣੇ? PR ਸ਼੍ਰੀਜੇਸ਼ ਨੇ ਜਦੋਂ ਹਾਕੀ ਖੇਡਣੀ ਸ਼ੁਰੂ ਕੀਤੀ ਤਾਂ ਉਹਦੇ ਕੋਲ ਅਤੇ ਉਹਦੇ ਪਰਿਵਾਰ ਦੇ ਕੋਲ ਪਹਿਲੀ ਹਾਕੀ ਦੀ ਕਿੱਟ ਖਰੀਦਣ ਲਈ ਪੈਸੇ ਨਹੀਂ ਸੀ ਅਤੇ ਉਹਦੇ ਪਿਤਾ ਨੇ ਘਰ ਦੇ ਵਿੱਚ ਦੁੱਧ ਦੇਣ ਦੇ ਲਈ ਜਿਹੜੀ ਗਾਂ ਰੱਖੀ ਹੋਈ ਸੀ ਉਹਨੂੰ ਵੇਚ ਕੇ ਸ਼੍ਰੀਜੇਸ਼ ਨੂੰ ਹਾਕੀ ਦੀ ਕਿੱਟ ਲੈ ਕੇ ਦਿੱਤੀ। ਅਤੇ ਉਹ ਅੱਜ ਤੱਕ ਵੀ ਜਦੋਂ ਕਿਤੇ ਇੰਟਰਵਿਊ ਹੋਵੇ, ਜਦੋਂ ਕਿਤੇ ਪ੍ਰੈਸ ਕਾਨਫਰੰਸ ਹੋਵੇ, ਜਦੋਂ ਕਿਤੇ ਕੋਈ ਪੱਤਰਕਾਰ ਸਵਾਲ ਪੁੱਛ ਲਵੇ ਤਾਂ ਆਪਣੇ ਪਿਤਾ ਦੇ ਉਸ ਤਿਆਗ ਦੀ ਗੱਲ ਜਿਹੜੀ ਹੈ ਉਹ ਜ਼ਰੂਰ ਕਰਦਾ ਹੈ ਕਿ ਦੁਧਾਰੂ ਗਾਂ ਵੇਚ ਕੇ ਮੈਨੂੰ ਹਾਕੀ ਦੀ ਪਹਿਲੀ ਕਿੱਟ ਲੈ ਕੇ ਦਿੱਤੀ ਸੀ। ਪਰ ਹਾਂ, ਮਸਲਾ ਇਹ ਨਹੀਂ ਹੈ ਕਿ ਤੁਸੀਂ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਹਾਂ ਤਾਂ ਤੁਸੀਂ ਸਟਾਰਟ ਕਰ ਲਿਆ। ਉਹਦੇ ਤੋਂ ਬਾਅਦ ਸ਼੍ਰੀਜੇਸ਼ ਨੇ ਜਿਸ ਤਰੀਕੇ ਲਗਾਤਾਰ 18 ਸਾਲ ਮਿਹਨਤ ਕੀਤੀ, ਕਈ ਵੱਡੇ ਵੱਡੇ ਅਵਾਰਡ ਮਿਲਣ ਦੇ ਬਾਵਜੂਦ, ਦੁਨੀਆ ਦਾ ਲਗਾਤਾਰ ਦੋ ਵਾਰ ਬਿਹਤਰੀਨ ਹਾਕੀ ਦਾ ਗੋਲਕੀਪਰ ਦਾ ਅਵਾਰਡ ਮਿਲਣ ਦੇ ਬਾਵਜੂਦ ਵੀ ਉਹਨੇ ਮਿਹਨਤ ਨਹੀਂ ਛੱਡੀ। ਅਸੀਂ ਕਈ ਵਾਰੀ ਵੇਲੇ ਸਿਰ ਹੀ ਪੈਰ ਛੱਡ ਜਾਂਦੇ ਹੁੰਦੇ ਹਾਂ। ਕਾਮਨਵੈਲਥ ਖੇਡਾਂ ਦਾ ਹਾਕੀ ਦਾ ਫਾਈਨਲ ਤੁਹਾਨੂੰ ਯਾਦ ਹੋਣਾ, ਜਦੋਂ ਪੈਨਲਟੀ ਸ਼ੂਟ ਆਊਟ ਤੱਕ ਗੱਲ ਚਲੇ ਗਈ ਸੀ, ਕਹਿਰ ਦਾ ਮੈਚ ਸੀ, ਨਜ਼ਰਾਂ ਸਾਰੀ ਦੁਨੀਆ ਦੀਆਂ ਟਿਕੀਆਂ ਹੋਈਆਂ ਸੀ ਅਤੇ ਉਸ ਵੇਲੇ ਜੇ ਭਾਰਤੀ ਹਾਕੀ ਟੀਮ ਨੂੰ ਕਾਮਨਵੈਲਥ ਖੇਡਾਂ ਦੇ ਫਾਈਨਲ ਦੇ ਵਿੱਚ ਜੇ ਕੋਈ ਜਿਤਾ ਗਿਆ ਅਤੇ ਕੰਧ ਬਣ ਕੇ ਖਲੋਤਾ, ਸਾਡਾ ਇਹ ਭਾਰਤੀ ਹਾਕੀ ਟੀਮ ਦਾ ਗੋਲਕੀਪਰ ਸ਼੍ਰੀਜੇਸ਼ ਹੀ ਜਿਤਾ ਗਿਆ ਸੀ। ਅਤੇ ਹੁਣ 36 ਸਾਲ ਦੀ ਉਮਰ ਵਿੱਚ ਜਦੋਂ ਉਹਨੇ ਸੰਨਿਆਸ ਦਾ ਫੈਸਲਾ ਲਿਆ
ਅਤੇ ਸਾਨੂੰ ਮਾਣ ਵੀ ਹੋਣਾ ਚਾਹੀਦਾ ਅਤੇ ਉਹਦੇ ਤੋਂ ਬਹੁਤ ਸਾਰੀ ਸੇਧ ਵੀ ਲੈਣੀ ਚਾਹੀਦੀ ਹੈ। ਬਹੁਤ ਸਾਰੇ ਅਹਿਮ ਮੌਕਿਆਂ 'ਤੇ, ਨਾਜ਼ੁਕ ਮੌਕਿਆਂ 'ਤੇ, ਜਦੋਂ ਪੱਛਮ ਦੀਆਂ ਬਹੁਤ ਤੇਜ਼ ਤਰਾਰ ਹਾਕੀ ਖੇਡਦੀਆਂ ਟੀਮਾਂ, ਜਿਨ੍ਹਾਂ ਦੀ ਰਣਨੀਤੀ ਛੋਟੇ ਛੋਟੇ ਪਾਸ ਦੇ ਕੇ ਇਹੀ ਹੁੰਦੀ ਰਹੀ ਹੈ ਕਿ ਆਪਾਂ ਵਿਰੋਧੀ ਧਿਰ ਦੀ ਡੀ 'ਚ ਜਾ ਵੜਨਾ, ਗੋਲਾਂ ਦਾ ਫੱਟਾ ਜਦੋਂ ਕਿਤੇ ਮੌਕਾ ਮਿਲਿਆ ਖੜਕਾ ਛੱਡਣਾ, ਉਦੋਂ ਇੱਕ ਇੱਕ ਮਿੰਟ ਦੇ ਵਿੱਚ ਤਿੰਨ ਤਿੰਨ ਵਾਰੀ ਗੋਲਾਂ ਦਾ ਬਚਾਅ ਕਰਦਿਆਂ ਸ਼੍ਰੀ ਜੇਸ਼ ਨੂੰ ਅਸੀਂ ਆਪਣੇ ਅੱਖੀਂ ਵੇਖਿਆ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਭਾਰਤੀ, ਸਾਡੇ ਪੰਜਾਬੀ ਨੌਜਵਾਨ ਅਤੇ ਨਵੀਂ ਪੀੜ੍ਹੀ ਦੇ ਆਦਰਸ਼ ਰੂਪ ਦੇ ਵਿੱਚ ਇਹ ਜਿਹੜੇ ਸ਼੍ਰੀ ਜੇਸ਼ ਵਰਗੇ ਖਿਡਾਰੀ ਹੋਣ, ਜਿਨ੍ਹਾਂ ਨੇ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਸਧਾਰਨ ਘਰਾਂ ਦੇ ਵਿੱਚੋਂ ਉੱਠ ਕੇ ਪਿੰਡਾਂ ਦੇ ਵਿੱਚੋਂ ਉੱਠ ਕੇ ਵੀ ਸੰਸਾਰ ਪੱਧਰ ਦੇ ਉੱਤੇ ਪ੍ਰਸਿੱਧੀ ਪ੍ਰਾਪਤ ਕੀਤੀ, ਅਤੇ ਸਭ ਤੋਂ ਵੱਡੀ ਗੱਲ ਹੈ ਪੈਰ ਨਹੀਂ ਛੱਡੇ, ਸਾਨੂੰ ਮਾਣ ਰਹੇਗਾ ਇਹੋ ਜਿਹੇ ਖਿਡਾਰੀਆਂ 'ਤੇ। ਮੈਨੂੰ ਪਰਮਜੀਤ ਸਿੰਘ ਬਾਠ ਨੂੰ ਇੱਥੇ ਦਿਓ ਅੱਗਿਆ, ਵੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।